ਹੋਰ ਠੀਕ ਠਾਕ ਹੋ ਹੁਣ? ਹਾਂਜੀ ਹਾਂਜੀ, ਅੱਖ ਦੀ ਰੋਸ਼ਨੀ ਠੀਕ ਹੈ? ਵਾਹਿਗੁਰੂ ਜੀ ਕੀ ਫਤਿਹ। ਸੋਚ ਮਤਲਬ ਕਿ 40% ਫਰਕ ਹੈਗਾ, ਬਾਕੀ ਤੁਹਾਨੂੰ ਪਤਾ ਹੀ ਹੈ ਕਿ ਅਜੇ ਟਾਈਮ ਥੋੜਾ ਹੋਇਆ, ਥੋੜੇ ਟਾਈਮ ਬਾਅਦ ਥੋੜਾ ਆਰਾਮ ਆ ਜਾਏਗਾ, ਅਜੇ ਟਾਈਮ ਤਾਂ ਲੱਗੇਗਾ ਹੀ, ਆਪ ਜੀ ਨੂੰ ਪਤਾ ਹੀ ਹੈ। ਅੱਛਾ, ਆਪਣਾ ਨਾਂ ਦੱਸ ਦੋ ਜੀ ਇੱਕ ਵਾਰੀ। ਮੇਰਾ ਨਾਮ ਹੈ ਗੁਰਜੰਟ ਸਿੰਘ ਖਾਲਸਾ, ਕਰਨਾਲ ਤੋਂ ਸੈਕਟਰ 6। ਅੱਛਾ, ਇਹ ਲਾਠੀਚਾਰਜ ਜਦੋਂ ਡਾਂਗ ਵਜੀ ਸੀ? ਹਾਂਜੀ ਹਾਂਜੀ, ਦਸਤਾਰਾ ਟੋਲ ਟੈਕਸ ਤੇ ਲਾਠੀਚਾਰਜ ਜਿੱਦਣ ਹੋਇਆ ਹੈ 28 ਤਰੀਕ ਨੂੰ, ਉਦਣ ਦੀ ਘਟਨਾ ਦੇ ਵਿੱਚ ਇਹ ਸੱਪ ਲੱਗੀ ਹੈ। ਤੇ ਹੁਣ ਰਾਤ ਦੇ ਤਕਰੀਬਨ 1 ਵੱਜ ਚੁੱਕਾ ਹੈ, ਤੇ ਤੁਹਾਨੂੰ ਹੁਣ ਘਰੇ ਜਾਣ ਦੇ ਨੀ ਚਾਹੀਦਾ, ਆਰਾਮ ਕਰਨਾ ਚਾਹੀਦਾ? ਮੇਰਾ ਜੀ ਨਹੀਂ ਲੱਗਦਾ ਕਰੂੰਗਾ ਮੈਂ ਘਰ ਜਾਣਾ, ਮੈਂ ਤਾਂ ਹੋਸਪਿਟਲ ਚੋਂ ਉੱਠ ਕੇ ਇੱਥੇ ਆ ਗਿਆ ਸੀ ਸਿੱਧਾ। ਅੱਛਾ, ਇਹ ਡਿਪ ਲੱਗੀ ਹੋਈ ਹੈ, ਹੁਣ ਵੀ ਨੀਡਲਸ ਲੱਗੇ ਹੋਏ ਨੇ ਹਨਾ ਹੱਥ ਦੇ ਵਿੱਚ, ਤੇ ਆਹ ਸੱਟ ਲੱਗੀ ਹੋਈ ਆ। ਤੇ ਆਹ ਜਿਹੜੇ ਵਿਚਾਰੇ ਪੁਲਿਸ ਵਾਲੇ ਸੁੱਤੇ ਨੇ, ਤੇ ਇਹਨਾਂ ਤੇ ਕੁਛ ਆਂਦਾ ਮਾੜਾ ਮੋਟਾ? ਤਰਸ ਤੇ ਆਉਂਦਾ, ਕੀ ਕਰੀਏ ਹੁਣ, ਆਪਣੇ ਨੇ ਪੈਸੇ ਮਾਰਦੇ ਨੇ, ਫਿਰ ਵੀ ਆਪਣਾ ਹੀ ਸਮਝਣਾ ਪੈਣਾ ਆ, ਕਿਉਂਕਿ ਅਸੀਂ ਕਦੀ ਵੀ ਕਿਸੇ ਬਾਰੇ ਮਾੜਾ ਨਹੀਂ ਸੋਚ ਸਕਦੇ, ਕਿਉਂਕਿ ਇਸੇ ਕੌਮ ਕਿਵੇਂ ਵੀ ਹੈਗੀ ਆ, ਕਿ ਜਿਹੜੇ ਦੂਜੇ ਦੇ ਬਾਰੇ ਕਦੀ ਨਹੀਂ, ਹਮੇਸ਼ਾ ਜ਼ੁਲਮ ਦੇ ਖਿਲਾਫ਼ ਲੜਦੀ ਹੈ, ਪਰ ਕਿਸੇ ਇਨਸਾਨ ਦੇ ਬਾਰੇ ਐਵੇਂ ਮਾੜਾ ਨਹੀਂ ਸੋਚ ਸਕਦੇ। ਅੱਛਾ, ਐਸ ਕੇ ਐਮ ਦੇ ਫੈਸਲੇ ਤੁਸੀਂ ਸੰਤੁਸ਼ਟ ਹੋ ਪੂਰੀ ਤਰ੍ਹਾਂ? ਪ੍ਰਸ਼ਾਸਨ ਦੇ ਫੈਸਲੇ ਤੋਂ ਨਹੀਂ, ਐਸ ਕੇ ਐਮ ਦੇ, ਸੰਯੁਕਤ ਕਿਸਾਨ ਮੋਰਚੇ ਦੇ? ਹਾਂਜੀ, ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤੋਂ ਬਿਲਕੁਲ ਸੰਤੁਸ਼ਟ ਹੈਗਾ, ਜੋ ਫੈਸਲਾ ਕਰ ਰਹੇ ਨੇ ਬਿਲਕੁਲ ਰਾਈਟ ਬਣਦਾ, ਉਹਨਾਂ ਦੀ ਸੋਚ ਉੱਤੇ ਬਿਲਕੁਲ ਅਸੀਂ ਖੜ ਕੇ ਪੈਰਾ ਦੇਵਾਂਗੇ, ਪਿੱਛੇ ਨਹੀਂ ਹਟਾਂਗੇ, ਜਿੰਨਾ ਚਿਰ ਵੀ ਜਿੰਨਾ ਵੀ ਜ਼ੋਰ ਲੱਗੇਗਾ ਉਦੋਂ ਦੁੱਗਣਾ ਲਾਵਾਂਗੇ, ਘੱਟ ਨਹੀਂ। ਚਲੋ, ਬਹੁਤ ਬਹੁਤ ਧੰਨਵਾਦ। ਵਾਹਿ ਖਾਲਸਾ, ਵਾਹਿ ਖਾਲਸਾ। ਹੋਰ ਠੀਕ ਠਾਕ ਹੋ ਹੁਣ? ਹਾਂਜੀ ਹਾਂਜੀ, ਅੱਖ ਦੀ ਰੋਸ਼ਨੀ ਠੀਕ ਹੈ? ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੁਣ ਠੀਕ ਹੈ, ਸੋਚ ਮਤਲਬ ਕਿ 40% ਫਰਕ ਹੈਗਾ, ਬਾਕੀ ਤੁਹਾਨੂੰ ਪਤਾ ਹੀ ਹੈ ਕਿ ਅਜੇ ਟਾਈਮ ਥੋੜਾ ਹੋਇਆ, ਥੋੜੇ ਟਾਈਮ ਬਾਅਦ ਥੋੜਾ ਆਰਾਮ ਆ ਜਾਏਗਾ, ਅਜੇ ਟਾਈਮ ਤਾਂ ਲੱਗੇਗਾ ਹੀ, ਆਪ ਜੀ ਨੂੰ ਪਤਾ ਹੀ ਹੈ। ਅੱਛਾ, ਆਪਣਾ ਨਾਂ ਦੱਸ ਦੋ ਜੀ ਇੱਕ ਵਾਰੀ। ਮੇਰਾ ਨਾਮ ਹੈ ਗੁਰਜੰਟ ਸਿੰਘ ਖਾਲਸਾ, ਕਰਨਾਲ ਤੋਂ ਸੈਕਟਰ 6। ਅੱਛਾ, ਇਹ ਲਾਠੀਚਾਰਜ ਜਦੋਂ ਡਾਂਗ ਵਜੀ ਸੀ? ਹਾਂਜੀ ਹਾਂਜੀ, ਦਸਤਾਰਾ ਟੋਲ ਟੈਕਸ ਤੇ ਲਾਠੀਚਾਰਜ ਜਿੱਦਣ ਹੋਇਆ ਹੈ 28 ਤਰੀਕ ਨੂੰ, ਉਦਣ ਦੀ ਘਟਨਾ ਦੇ ਵਿੱਚ ਇਹ ਸੱਪ ਲੱਗੀ ਹੈ। ਤੇ ਹੁਣ ਰਾਤ ਦੇ ਤਕਰੀਬਨ 1 ਵੱਜ ਚੁੱਕਾ ਹੈ, ਤੇ ਤੁਹਾਨੂੰ ਹੁਣ ਘਰੇ ਜਾਣ ਦੇ ਨੀ ਚਾਹੀਦਾ, ਆਰਾਮ ਕਰਨਾ ਚਾਹੀਦਾ? ਮੇਰਾ ਜੀ ਨਹੀਂ ਲੱਗਦਾ ਕਰੂੰਗਾ ਮੈਂ ਘਰ ਜਾਣਾ, ਮੈਂ ਤਾਂ ਹੋਸਪਿਟਲ ਚੋਂ ਉੱਠ ਕੇ ਇੱਥੇ ਆ ਗਿਆ ਸੀ ਸਿੱਧਾ। ਅੱਛਾ, ਇਹ ਡਿਪ ਲੱਗੀ ਹੋਈ ਹੈ, ਹੁਣ ਵੀ ਨੀਡਲਸ ਲੱਗੇ ਹੋਏ ਨੇ ਹਨਾ ਹੱਥ ਦੇ ਵਿੱਚ, ਤੇ ਆਹ ਸੱਟ ਲੱਗੀ ਹੋਈ ਆ। ਤੇ ਆਹ ਜਿਹੜੇ ਵਿਚਾਰੇ ਪੁਲਿਸ ਵਾਲੇ ਸੁੱਤੇ ਨੇ, ਤੇ ਇਹਨਾਂ ਤੇ ਕੁਛ ਆਂਦਾ ਮਾੜਾ ਮੋਟਾ? ਤਰਸ ਤੇ ਆਉਂਦਾ, ਕੀ ਕਰੀਏ ਹੁਣ, ਆਪਣੇ ਨੇ ਪੈਸੇ ਮਾਰਦੇ ਨੇ, ਫਿਰ ਵੀ ਆਪਣਾ ਹੀ ਸਮਝਣਾ ਪੈਣਾ ਆ, ਕਿਉਂਕਿ ਅਸੀਂ ਕਦੀ ਵੀ ਕਿਸੇ ਬਾਰੇ ਮਾੜਾ ਨਹੀਂ ਸੋਚ ਸਕਦੇ, ਕਿਉਂਕਿ ਇਸੇ ਕੌਮ ਕਿਵੇਂ ਵੀ ਹੈਗੀ ਆ, ਕਿ ਜਿਹੜੇ ਦੂਜੇ ਦੇ ਬਾਰੇ ਕਦੀ ਨਹੀਂ, ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦੀ ਹੈ, ਪਰ ਕਿਸੇ ਇਨਸਾਨ ਦੇ ਬਾਰੇ ਐਵੇਂ ਮਾੜਾ ਨਹੀਂ ਸੋਚ ਸਕਦੇ। ਅੱਛਾ, ਐਸ ਕੇ ਐਮ ਦੇ ਫੈਸਲੇ ਤੁਸੀਂ ਸੰਤੁਸ਼ਟ ਹੋ ਪੂਰੀ ਤਰ੍ਹਾਂ? ਪ੍ਰਸ਼ਾਸਨ ਦੇ ਫੈਸਲੇ ਤੋਂ ਨਹੀਂ, ਐਸ ਕੇ ਐਮ ਦੇ, ਸੰਯੁਕਤ ਕਿਸਾਨ ਮੋਰਚੇ ਦੇ? ਹਾਂਜੀ, ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤੋਂ ਬਿਲਕੁਲ ਸੰਤੁਸ਼ਟ ਹੈਗਾ, ਜੋ ਫੈਸਲਾ ਕਰ ਰਹੇ ਨੇ ਬਿਲਕੁਲ ਰਾਈਟ ਬਣਦਾ, ਉਹਨਾਂ ਦੀ ਸੋਚ ਉੱਤੇ ਬਿਲਕੁਲ ਅਸੀਂ ਖੜ ਕੇ ਪੈਰਾ ਦੇਵਾਂਗੇ, ਪਿੱਛੇ ਨਹੀਂ ਹਟਾਂਗੇ, ਜਿੰਨਾ ਚਿਰ ਵੀ ਜਿੰਨਾ ਵੀ ਜ਼ੋਰ ਲੱਗੇਗਾ ਉਦੋਂ ਦੁੱਗਣਾ ਲਾਵਾਂਗੇ, ਘੱਟ ਨਹੀਂ। ਚਲੋ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।